ਅੱਜ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਰਿਚਾਰਜੇਬਲ ਹੇਅਰ ਟ੍ਰਿਮਰ, ਜੋ ਕਿ ਬਹੁਤ ਹੀ ਘੱਟ ਪ੍ਰਾਈਸ 'ਤੇ ਆਪਾਂ ਨੂੰ ਮਿਲ ਜਾਂਦੀ ਹੈ। ਇਹ ਇਸ ਦਾ ਬੋਕਸ, ਆਪਾਂ ਇਸਦੀ ਅਨਬੋਕਸਿੰਗ ਕਰਨਾ ਚਾਹ ਰਹੇ ਹਾਂ। HTC ਦੀ ਕੰਪਨੀ ਦੀ ਇਹ DC ਮੋਟਰ ਵਾਲੀ ਹੇਅਰ ਟ੍ਰਿਮਰ ਹੈ, ਰਿਚਾਰਜੇਬਲ, ਜੋ ਕਿ ਆਪਾਂ 7-8 ਘੰਟੇ ਚਾਰਜ ਲਾ ਕੇ 45 ਮਿੰਟ ਇਸ ਨੂੰ ਯੂਜ ਕਰ ਸਕਦੇ ਹਾਂ। ਗਿਆਰਾਂ 05 ਇਹਦਾ ਮਾਡਲ ਨੇਮ ਹੈ। ਹਾਈ ਪਰਫੋਰਮੈਂਸ DC ਮੋਟਰ ਨਾਲ ਇਹ ਆਪਾਂ ਨੂੰ ਮਿਲਦੀ ਹੈ। ਚਲੋ ਇਸ ਦੀ ਅਨਬੋਕਸਿੰਗ ਕਰਦੇ ਹਾਂ, ਖੋਲ੍ਹ ਕੇ ਦੇਖਦੇ ਹਾਂ ਕਿਸ ਤਰ੍ਹਾਂ ਦੀ ਮਸ਼ੀਨ ਨਿਕਲਦੀ ਹੈ ਇਸ ਦੇ ਵਿੱਚੋਂ। ਇਸ ਦੇ ਨਾਲ ਆਪਾਂ ਨੂੰ ਮਿਲਦੀ ਹੈ ਚਾਰਜਿੰਗ ਕੇਬਲ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਚਾਰਜ ਕੇਬਲ ਇਸ ਦੇ ਨਾਲ ਮਿਲਦੀ ਹੈ, ਜੋ ਕਿ ਆਪਾਂ 7-8 ਘੰਟੇ ਲਾ ਕੇ ਇਸ ਨੂੰ ਚਾਰਜ ਲਗਾ ਕੇ 40-45 ਮਿੰਟ ਯੂਜ ਲੈ ਸਕਦੇ ਹਾਂ। ਹੋਰ ਇਸ ਦੇ ਨਾਲ ਆਪਾਂ ਨੂੰ ਮਿਲਦਾ ਹੈ ਬੁਰਸ, ਜੋ ਕਿ ਮਸ਼ੀਨ ਨੂੰ ਸਾਫ਼ ਕਰਨ ਲਈ ਕੰਮ ਆਉਂਦਾ ਆਪਣੇ, ਬਹੁਤ ਹੀ ਵਧੀਆ ਕੁਆਲਿਟੀ ਆ। ਨਾਲ ਹੀ ਆਪਾਂ ਨੂੰ ਇਸ ਦੇ ਇੱਕ ਤੇਲ ਦੀ ਬੋਤਲ ਮਿਲਦੀ ਹੈ ਛੋਟੀ ਜਿਹੀ। ਚਲੋ ਆਪਾਂ ਦੇਖਦੇ ਹਾਂ ਆਪਣਾ ਮੇਨ ਪ੍ਰੋਡਕਟ। ਇਹ ਬਹੁਤ ਹੀ ਵਧੀਆ HTC ਦਾ ਮਾਡਲ, ਨਾਲ ਇਸ ਦੇ ਆਪਾਂ ਨੂੰ ਇਹ ਅਟੈਚਮੈਂਟ ਕੰਘੇ ਦਿੱਤੀ ਜਾਂਦੀ ਹੈ। ਇਸ ਤੋਂ ਔਨ ਆਫ ਹੁੰਦੀ ਹੈ ਇਹ, ਜਿਸ ਨੂੰ ਅੱਗੇ ਕਰਾਂਗੇ ਚੱਲ ਪਈ, ਤੁਸੀਂ ਆਵਾਜ਼ ਸੁਣ ਸਕਦੇ ਹੋ ਬਹੁਤ ਹੀ ਤੇਜ਼, ਬਹੁਤ ਹੀ ਵਧੀਆ। ਇੱਥੇ ਚਾਰਜਿੰਗ ਦੀ ਆਪਸ਼ਨ ਦਿੱਤੀ ਹੋਈ ਹੈ। ਤੋਂ 240 ਵਾਟ ਤੱਕ ਚੱਲਦੀ ਹੈ, ਮੇਡ ਇਨ ਚਾਈਨਾ ਦੀ ਹੈ ਇਹ। ਥੋੜ੍ਹੇ ਜਿਹੇ ਪੈਸੇ ਲਾ ਕੇ ਆਪਾਂ ਘਰ 'ਚ ਹੀ ਆਪਣਾ ਡੰਗ ਸਾਰ ਸਕਦੇ ਹਾਂ, ਨਾਈ ਦੇ ਜਾਣ ਦੀ ਲੋੜ ਨਹੀਂ। 400-500 ਰੁਪਏ ਦੇ ਵਿੱਚ ਵਧੀਆ ਕੰਪਨੀ ਦੀ ਆਪਾਂ ਨੂੰ ਮਿਲ ਸਕਦੀ ਹੈ ਟ੍ਰਿਮਰ। ਤੁਸੀਂ ਆਵਾਜ਼ ਸੁਣ ਸਕਦੇ ਹੋ, ਇੱਥੇ ਔਨ ਆਫ ਹੋ ਜਾਂਦੀ ਹੈ, ਆਫ ਹੋ ਗਈ ਹੁਣ, ਇੱਥੇ ਔਨ ਹੋ ਜਾਂਦੀ ਹੈ। ਬਸ ਇਹੀ ਇਹਦੇ 'ਚ ਖੂਬੀਆਂ ਸੀਗੀਆਂ, ਹੋਰ ਕੁਛ ਦੱਸਣ ਵਾਲੀ ਚੀਜ਼ ਨਹੀਂ ਇਹਦੇ 'ਚ। ਬਹੁਤ ਹੀ ਵਧੀਆ ਪ੍ਰੋਡਕਟ ਹੈ। ਜਿਸ ਤਰ੍ਹਾਂ ਦੀਆਂ ਵੀਡੀਓ ਆਪਾਂ ਹੋਰ ਦੇਖਣਾ ਚਾਹੁੰਦੇ ਹਾਂ, ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ। ਧੰਨਵਾਦ ਜੀ ਸਾਰਿਆਂ ਦਾ।